जलंधर के बस्ती बाबा खेल के कबीर विहार में चूना भट्टी के बाद शुक्रवार हादसे में पीसीआर में तैनात हवलदार समेत 7 लोग झुलस गए। हवलदार गोविंदर सिंह का चेहरा और हाथ झुलसा है। न्यू दशमेश नगर के अनिल कुमार ने कहा कि चूना भट्टी एरिया में उसकी गैस चूल्हा रिपेयरिंग शॉप है। रात 10 बजे के करीब कुछ युवक छोटा सिलेंडर लेकर गैस भरवाने आए। देर रात होने के कारण वह जल्दी जल्दी गैस भर रहा था कि अचानक आग लग गई। तेजी से फैली आग में वह खुद, दोस्त कुलदीप, दुकान में मौजूद कबीर विहार का रोहित, उसका भाई शुभम साथ मोहित कुलदीप और विपन झुलस गया। सिविल अस्पताल लाए झुलसे लोगों ने कहा कि अनिल छोटे सिलेंडर में 100 रुपए किलो के हिसाब से गैस भरता था। गैस भरने के बाद वह लाइटर से चेक कर रहा था कि आग लग गई, जिस कारण 4 लोग बुरी तरह से झुलस गए। ब्यूरो फिर अचानक न्यूज जलंधर। उसे बाद में बात होता है जब उसे गैस पर बात चेक कर सके मेडिकल आ गया भाजी। गल की हो गई सी सर हैं चूल्हा है यार बाद दे बे बा। हां जी तो चूल्हे में ना उधर पाइप फिर नहीं दी हो गई गैस। तो घर में सारी आग फैल गई अंदर। तो फैलने के नाल ही वो सारी पंपड़ लग गई। अपन कितने बंदे झुलसे है पता नहीं, मेनू कुछ नहीं पता इस बारे, ਮਗਰ ਮੈਂ ਇੱਕ ਦੋ ਮੁੰਡੇ ਹੋਰ ਸੀ ਅੰਦਰ। ਕੁਛ ਨਹੀਂ ਜੀ, ਸਿਲੰਡਰ ਚੈੱਕ ਕਰਦਾ ਸਿਲੰਡਰ ਫਟ ਗਿਆ। ਕਿੱਦਾਂ ਚੈੱਕ ਕਰਦਾ ਬੰਦਾ? ਨਹੀਂ ਜਾਏ ਗੈਸ ਭਰਦੇ ਪਏ ਸੀ। ਠੀਕ, ਕਿੰਨੇ ਬੰਦੇ ਝੁਲਸੇ ਤੁਸੀਂ? ਉਹ ਕੀ ਕਰਨ ਆਏ ਸੀ? ਉਹ ਵੀ ਝੁਲਸੇ ਆ? ਉਹ ਤਾਂ ਨਿਕਲ ਗਏ ਨਾਲ ਹੀ। ਮੁਲਾਜ਼ਮ ਦਾ ਕੀ ਨਾਮ ਹੈ ਸਰ? ਹਰਭਜਨ ਸਿੰਘ ਨੇ ਦੱਸਿਆ ਕੀ ਕਿੱਦਾਂ ਗੱਲ ਕੀ ਹੋਈ ਸੀ? ਕੀ ਹੁਣ ਕੰਡੀਸ਼ਨ ਕੀ ਹੈ ਸਰ? ਕੰਡੀਸ਼ਨ ਠੀਕ ਹੈ ਵੈਸੇ, ਬਾਕੀ ਇਨਵੈਸਟੀਗੇਸ਼ਨ ਕਰਦੇ ਨੇ ਕਿ ਤਾਂ ਗੱਲ ਕਰ ਲਿਆ ਸਰ। ਕੀ ਨਾਮ ਆਪਣਾ? ਕੰਡੋਲਮ ਤੋਂ ਪੈਰੀ ਕੋਣ ਆਇਆ ਸੀਗਾ ਵੀ ਕਬੀਰ ਭਿਆਰ ਕੋਈ ਦੁਕਾਨ ਆ ਉੱਥੇ ਅੰਦਰ ਸਿਲੰਡਰ ਫਟਿਆ ਵਾ। ਅਤੇ ਅਸੀਂ ਮੌਕੇ 'ਤੇ ਜਿਹੜੇ ਜਿਨ੍ਹਾਂ ਦੇ ਇੰਜਰ ਸੀਗੇ ਬੰਦੇ ਉਹ ਪਹਿਲਾਂ ਸਿਵਲ ਹੋਸਪਿਟਲ ਆ ਚੁੱਕੇ ਸੀ। ਅਤੇ ਸਾਡਾ ਇਹਦੇ ਵਿੱਚ ਇੱਕ ਮੁਲਾਜ਼ਮ ਵੀ ਆ ਜਿਹੜਾ ਉਹ ਅੱਗ ਬੁਝਾਉਂਦੇ ਆ ਜਿਹੜਾ ਵਾ, ਉਹਦੇ ਵੀ ਝੁਲਸਿਆ ਗਿਆ। ਉਹਨੂੰ ਅਸੀਂ ਲਿਆ ਕੇ ਸਿਵਲ ਹੋਸਪਿਟਲ ਦਾਖਲ ਕਰਾਤਾ ਵਾ। ਜਿਹੜੇ ਇੰਜਰਡ ਹੈਗੇ ਆ ਉਹਨਾਂ ਨੂੰ ਅਸੀਂ ਵੀ ਦਾਖਲ ਕਰਾਇਆ ਵਾ, ਉਹਨਾਂ ਦੇ ਬਿਆਨ ਲੈ ਰਹੇ ਹਾਂ। ਜੋ ਬਿਆਨ ਦੇਣਗੇ ਉਸ ਦੇ ਮੁਤਾਬਕ ਆ। ਸਰ ਕਿੰਨੇ ਕੁ ਬੰਦੇ ਝੁਲਸੇ ਆ ਜੀ ਇਹਦੇ ਵਿੱਚ? ਜਿਹੜਾ ਦੁਕਾਨ ਦਾ ਮਾਲਕ ਆ ਅਨਿਲ ਕੁਮਾਰ ਉਹ ਵੀ ਝੁਲਸ ਗਿਆ, ਅਤੇ 5 ਹੋਰ ਆ, ਅਤੇ ਇੱਕ ਸਾਡਾ ਕਰਮਚਾਰੀ ਆ। ਸਰ ਤੁਸੀਂ ਮਾਲਕ ਨਾਲ ਗੱਲ ਕੀਤੀ, ਮਾਲਕ ਨੇ ਕੀ ਦੱਸਿਆ? ਮਾਲਕ ਨੇ ਇਹ ਦੱਸਿਆ ਵੀ ਜਿੱਦਾਂ ਕਰਕੇ ਜਿਹੜਾ ਮੈਂ ਸਿਲੰਡਰ ਸੀਗਾ, ਸਿਲੰਡਰ ਮੈਂ ਰਿਪੇਅਰ ਕਰਦਾ ਜੀ, ਅਤੇ ਮੈਂ ਸਿਲੰਡਰ ਨੂੰ ਚੈੱਕ ਕਰਨ ਲੱਗਾ ਜੀ, ਆਪਣੇ ਲੈਟਰ ਨਾਲ ਚੈੱਕ ਕਰਨ ਲੱਗਾ ਜੀ। ਜਿਹੜਾ ਅਚਾਨਕ ਆ ਚੱਲਣ ਕਰਕੇ ਜਿਹੜਾ ਮੈਂ ਉਹਨੂੰ ਬਾਹਰ ਨੂੰ ਸੁੱਟਾ, ਬਾਅਦ ਜੋ ਸੁੱਟਿਆ ਅਤੇ ਜਿਹੜੇ ਬਾਹਰ ਬੰਦੇ ਖੜ੍ਹੇ ਸੀਗੇ ਉਹ ਅੱਗ ਦੀ ਲਪੇਟ ਕਰ। ਸਰ ਇੱਕ ਘਾਇਲ ਨੇ ਵੀ ਤੁਹਾਨੂੰ ਦੱਸਿਆ ਕਿ ਉਹ ਨਜਾਇਜ਼ ਗੈਸ ਭਰਾ ਭਰਦਾ, ਉਹ ਵੈਰੀਫਾਈ ਕਰ ਰਹੇ ਹਾਂ। ਹੁਣ ਕੀ ਕਾਰਵਾਈ ਕੀਤੀ ਜਾ ਰਹੀ? ਹੁਣ ਜੋ ਬਿਆਨ ਦੇਣਗੇ ਉਹਦੇ ਮੁਤਾਬਕ ਕਰੋ।